ਕਲ ਪਿਆਰੇ ਬੱਚਿਓ ਬੱਚਿਓ ਸਵਾਗਤ ਹੈ ਚੈਨਲ ਵਿੱਚ ਤੇ ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ ਅੱਜ ਆਪਾਂ ਜਮਾਤ 12ਵੀਂ ਦਾ CBSE ਦਾ ਇੱਕ ਮਾਡਲ ਟੈਸਟ ਪੇਪਰ ਕਰਾਂਗੇ ਜੋ ਕਿ ਨੰਬਰ 2 ਮਾਡਲ ਟੈਸਟ ਪੇਪਰ ਹੈ ਤੇ ਨਿਊ ਸਟਾਈਲ ਦਾ ਹੈ ਇਹ ਜੋ ਤੁਹਾਡਾ 2022-23 ਦਾ ਸਿਲੇਬਸ ਹੈ ਉਸ ਦੇ ਅਕੋਰਡਿੰਗ ਇਹ ਪੇਪਰ ਹੈ ਤੁਹਾਡਾ ਜੋ ਆਏਗਾ ਫਾਈਨਲ ਵਿੱਚ ਤੇ ਸ਼ੁਰੂ ਕਰਨ ਲੱਗੇ ਆਪਾਂ ਤੇ ਚੈਨਲ ਦੇ ਨਵੇਂ ਹੋ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਕਿ ਆਨ ਵਾਲੀ ਵੀਡੀਓ ਸਭ ਤੋਂ ਪਹਿਲਾਂ ਦੁਰਕਲ ਪਹੁੰਚ ਸਕਣ ਤੇ ਸ਼ੁਰੂ ਕਰਨ ਲੱਗੇ ਆਪਾਂ ਸਭ ਤੋਂ ਪਹਿਲਾ ਹੈ ਜਿਹੜਾ ਸਮਾਂ ਹੈ ਉਹ 3 ਘੰਟੇ ਹੋਏਗਾ ਲਿਖਤੀ ਪ੍ਰੀਖਿਆ ਜਿਹੜੀ ਹੈ 80 ਅੰਕਾਂ ਦੀ ਹੈ ਆਂਤਰੀਕ ਮੁਲਾਂਕਣ 20 ਅੰਕ ਦਾ કુલ ਅੰਕ ਹੋਣਗੇ 100 ਸਭ ਤੋਂ ਪਹਿਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਕਾਵ ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ਊੜਾ ਔਰ ਐੜਾ ਦੋ ਤੁਹਾਨੂੰ ਕਾਵ ਟੁਕੜੀਆਂ ਆਉਣਗੀਆਂ ਮਤਲਬ ਕਵਿਤਾ ਦੀ ਲਾਈਨਾਂ ਤੇ ਜਿਨ੍ਹਾਂ ਵਿੱਚੋਂ ਤੁਸੀਂ ਮਤਲਬ ਕਿਸੇ ਇੱਕ ਦਾ ਪ੍ਰਸੰਗ ਸਹਿਤ ਵਿਆਖਿਆ ਲਿਖੋਗੇ ਨੰਬਰ 2 ਤੇ ਹੈ ਕਹਾਣੀ ਦਾ ਵਿਸ਼ਾ 125 ਤੋਂ ਲੈ ਕੇ 150 ਸ਼ਬਦਾਂ ਵਿੱਚ ਲਿਖੋ ਮਤਲਬ ਵਿਸ਼ਾ ਵਿਸ਼ਾ ਵਸਤੂ ਜਿਸ ਨੂੰ ਆਪਾਂ ਕਹਿੰਦੇ ਆ ਜਾਂ ਫਿਰ ਰਿਕਸ਼ੇ ਵਾਲੇ ਦਾ ਚਰਿੱਤਰ ਚਿੱਤਰਣ 125 ਤੋਂ 150 ਸ਼ਬਦਾਂ ਵਿੱਚ ਕਰੋ ਇਸ ਤਰ੍ਹਾਂ ਬੱਚੇ ਦੋ ਪ੍ਰਸ਼ਨ ਆਉਣਗੇ ਤੁਹਾਨੂੰ ਤੇ 8 ਅੰਕਾਂ ਦੇ ਹੋਣਗੇ ਜਿਸ ਵਿੱਚੋਂ ਤੁਸੀਂ ਕੋਈ ਇੱਕ ਕਰੋਗੇ ਨੰਬਰ 3 ਹੈ ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਉਤੇ 125 ਤੋਂ 150 ਸ਼ਬਦਾਂ ਵਿੱਚ ਪੈਰਾ ਰਚਨਾ ਕਰੋ ਜਿਵੇਂ ਕਿ ਉੜਾ ਹੈ ਭ੍ਰूण ਹੱਤਿਆ ਐੜਾ ਹੈ ਅਰੋਗਤਾ ਈੜੀ ਹੈ ਇੰਟਰਨੈਟ ਦੀ ਵਰਤੋਂ ਤਿੰਨ ਵਿਸ਼ੇ ਆਉਣਗੇ ਜਿਸ ਵਿੱਚੋਂ ਕੋਈ ਇੱਕ ਕਰੋਗੇ ਤੁਸੀਂ ਤੇ ਇਹ ਤੁਹਾਡਾ ਇਹ ਤੁਹਾਡਾ ਜਿਹੜਾ ਹੈ ਪੈਰਾ ਰਚਨਾ 10 ਅੰਕਾਂ ਦੀ ਹੋਏਗੀ ਤੇ ਬੱਚੋ ਪ੍ਰਸ਼ਨ ਨੰਬਰ 4 ਹੈ ਪੱਤਰ ਜੋ ਕਿ ਕਾਰ ਵਿਹਾਰ ਦੇ ਪੱਤਰ ਆਉਣਗੇ ਤੁਹਾਨੂੰ ਦੋ ਦੋ ਵਿਸ਼ਿਆਂ ਤੇ ਆਉਣਗੇ ਜਿਸ ਵਿੱਚੋਂ ਕੋਈ ਇੱਕ ਕਰੋਗੇ ਤੁਸੀਂ ਤੇ ਇਹ ਪੱਤਰ ਤੁਹਾਡਾ ਹੋਏਗਾ 8 ਅੰਕਾਂ ਦਾ ਤੇ ਨੰਬਰ 5 ਤੇ ਹੈ ਹੇਠ ਲਿਖੀ ਵਾਰਤਾ ਦੀ ਇੱਕ ਤਿਹਾਈ ਸ਼ਬਦਾਂ ਵਿੱਚ ਸੰਖੇਪ ਰਚਨਾ ਕਰੋ ਤੇ ਨਾਲ ਹੀ ਇੱਕ ਟੁਕਮਾ ਸਿਰਲੇਖ ਵੀ ਦਿਓ ਤੇ ਇਸ ਤਰ੍ਹਾਂ ਬੱਚੇ ਨੂੰ ਇੱਕ ਪੈਰਾ ਆਏਗਾ ਤੁਹਾਨੂੰ ਪੈਰਾ ਰਚਨਾ ਜਿਸ ਨੂੰ ਤੁਸੀਂ ਇੱਕ ਤਿਹਾਈ ਸ਼ਬਦਾਂ ਵਿੱਚ ਲਿਖੋਗੇ ਮਤਲਬ ਕਿ ਉਸ ਪੈਰੇ ਦਾ ਤੀਸਰਾ ਹਿੱਸਾ ਤੁਸੀਂ ਉਸ ਦੀ ਸੰਖੇਪ ਰਚਨਾ ਕਰੋਗੇ ਤੇ ਇੱਕ ਅੰਕ ਦਾ ਉਸ ਦਾ ਜਿਹੜਾ ਹੈ ਸਿਰਲੇਖ ਲਿਖੋਗੇ ਵੀ ਕਿਸ ਟਾਈਟਲ ਦੇ ਉੱਪਰ ਇਹ ਲਿਖਿਆ ਗਿਆ ਹੈ ਪ੍ਰਸ਼ਨ ਨੰਬਰ 6 ਹੈ ਇਹ ਤੁਹਾਡਾ ਟੋਟਲ 8 ਅੰਕਾਂ ਦਾ ਹੋਏਗਾ ਪ੍ਰਸ਼ਨ ਨੰਬਰ 6 ਹੈ ਹੇਠ ਲਿਖੇ ਵਾਕਾਂ ਵਿੱਚੋਂ ਕਿਸੇ 4 ਦਾ ਬ੍ਰੈਕਟ ਵਿੱਚ ਦਿੱਤੇ ਨਿਰਦੇਸ਼ ਅਨੁਸਾਰ ਵਾਕ ਵਟਾਂਦਰਾ ਕਰੋ ਤੁਹਾਨੂੰ 5 ਵਾਕ ਆਣਗੇ ਤੇ ਜਿਹਨਾਂ ਨੂੰ ਤੁਸੀਂ ਵਾਕ ਵਟਾਂਦਰਾ ਕਰੋਗੇ ਮਤਲਬ ਕਿ ਵਾਕਾਂ ਨੂੰ ਵਾਕਾਂ ਦੀ ਸਥਿਤੀ ਬਦਲੋਗੇ ਜਿਵੇਂ ਕਿ ਸਧਾਰਨ ਤੋਂ ਸੰਯੁਕਤ ਸਧਾਰਨ ਤੋਂ ਮਿਸ਼ਰਤ ਮਿਸ਼ਰਤ ਤੋਂ ਸੰਯੁਕਤ ਇਸ ਤਰ੍ਹਾਂ ਜਿਹੜੇ ਹੈ ਉਹਨਾਂ ਦੀ ਸਥਿਤੀ ਤੁਸੀਂ ਬਦਲੋਗੇ ਤੇ ਕੋਈ ਮਤਲਬ ਚਾਰ ਤੁਸੀਂ ਕਰੋਗੇ ਨਾ ਵਿੱਚੋਂ ਇੱਕ ਹੀ ਅੰਕ ਦਾ ਇਹ ਹੋਏਗਾ ਅੱਗੇ ਇਹ ਪ੍ਰਸ਼ਨ ਨੰਬਰ 7 ਕਿਸੇ ਪੰਜ ਅਖਾਣਾਂ ਦੇ ਅਰਥ ਸਪਸ਼ਟ ਕਰਨ ਲਈ ਇਹਨਾਂ ਦੀ ਵਾਕਾਂ ਵਿੱਚ ਵਰਤੋਂ ਕਰੋ ਤੁਹਾਨੂੰ ਅਖਾਣ ਆਉਣਗੇ 8 7 ਅਖਾਣ ਆਉਣਗੇ ਜਿਸ ਵਿੱਚੋਂ ਕੋਈ ਤੁਸੀਂ ਪੰਜ ਕਰੋਗੇ ਜਿਨ੍ਹਾਂ ਦੇ ਨਾਲ ਅਰਥ ਸਪਸ਼ਟ ਹੋ ਜਾਣ ਇਸ ਤਰ੍ਹਾਂ ਤੁਸੀਂ ਉਹਨਾਂ ਦੀ ਵਾਕਾਂ ਵਿੱਚ ਵਰਤੋਂ ਕਰੋਗੇ ਤੇ ਇਹ ਦੋ ਦੋ ਅੰਕਾਂ ਦਾ ਹੋਏਗਾ ਤੁਹਾਡਾ ਖਤਾਂ ਜਿਹੜੀਆਂ ਨੇ ਟੋਟਲ 10 ਮਾਰਕਸ ਦੇ ਹੋਣਗੇ ਪ੍ਰਸ਼ਨ ਨੰਬਰ 8 ਹੈ ਹੇਠ ਲਿਖੇ ਪ੍ਰਸ਼ਨ ਵਿੱਚੋਂ ਕਿਸੇ ਤਿੰਨਾਂ ਦੇ 25 ਤੋਂ 30 ਸ਼ਬਦਾਂ ਵਿੱਚ ਉੱਤਰ ਦਿਓ ਤੇ ਇਸ ਤਰ੍ਹਾਂ ਤੁਹਾਡੇ ਚਾਰ ਪ੍ਰਸ਼ਨ ਆਉਣਗੇ ਜਿਨ੍ਹਾਂ ਵਿੱਚੋਂ ਕੋਈ ਤੁਸੀਂ ਤਿੰਨ ਮਤਲਬ ਤਿੰਨਾਂ ਦੇ ਉੱਤਰ ਲਿਖੋਗੇ 6 ਅੰਕਾਂ ਦੇ ਹੋਣਗੇ ਇਹ ਪ੍ਰਸ਼ਨ ਨੰਬਰ 9 ਹੈ ਹੇਠ ਲਿਖੇ ਪ੍ਰਸ਼ਨ ਵਿੱਚੋਂ ਕਿਸੇ ਚਾਰ ਦੇ 70 ਤੋਂ 80 ਸ਼ਬਦਾਂ ਵਿੱਚ ਉੱਤਰ ਲਿਖੋ ਇਹਨਾਂ ਵਿੱਚੋਂ ਕੋਈ ਤੁਸੀਂ ਚਾਰ ਲਿਖੋਗੇ ਮਤਲਬ ਪੰਜ ਆਉਣਗੇ ਤੇ ਕਿਸੇ ਚਾਰ ਦੇ ਉੱਤਰ ਤੁਸੀਂ ਮਤਲਬ 70 ਤੋਂ 80 ਸ਼ਬਦਾਂ ਵਿੱਚ ਦਵੋਗੇ ਤੇ ਇਸ ਤਰ੍ਹਾਂ ਇਹ 8 ਅੰਕ ਦੇ ਹੋਣਗੇ ਅੱਗੇ ਇਹ ਪ੍ਰਸ਼ਨ ਨੰਬਰ 10 ਲਈ ਬਹੁ ਵਿਕਲਪੀ ਪ੍ਰਸ਼ਨਾਂ ਲਈ ਸਹੀ ਉੱਤਰ ਚੁਣ ਕੇ ਲਿਖੋ। ਮਤਲਬ ਬਹੁ ਵਿਕਲਪੀ ਪ੍ਰਸ਼ਨ ਉੱਤਰ ਨੇ ਜਿਹੜਾ ਤੁਹਾਨੂੰ 12 ਅੰਕਾਂ ਦੇ ਆਉਣਗੇ ਅਤੇ 12 ਹੀ ਪ੍ਰਸ਼ਨ ਹੋਣਗੇ। ਨਾਲ ਇਹਨਾਂ ਦੀ ਤੁਹਾਨੂੰ ਆਪਸ਼ਨ ਦਿੱਤੀ ਹੋਏਗੀ ਚਾਰ ਉੱਤਰਾਂ ਦੇ ਵਿੱਚ ਵੀ ਕਿਹੜਾ ਉੱਤਰ ਜਿਹੜਾ ਹੈ ਸਹੀ ਹੈ। ਤੇ ਇਸ ਤਰ੍ਹਾਂ ਬੱਚਿਓ ਇਸ ਦਾ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਕੁਐਸਚਨ ਪੇਪਰ ਦਾ ਜੋ ਮੈਂ ਇਹ ਪਾਇਆ ਤੁਹਾਨੂੰ। ਤੇ ਇਹ ਸੀ ਆਪਣੀ ਵੀਡੀਓ ਅੱਜ ਦੀ। ਤੇ ਜੇ ਸਮਝ ਆਈ ਹੋਵੇ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਹੋਰ ਕਿਹੜੇ ਚੈਪਟਰ ਦੀ ਵੀਡੀਓ ਚਾਹੀਦੀ ਹੈ ਜਾਂ ਫਿਰ ਮਾਡਲ ਟੈਸਟ 'ਤੇ ਜਾਇਦਾ ਤਾਂ ਜ਼ਰੂਰ ਬਣਾਵਾਂਗੀ ਮੈਂ ਤੇ ਜੇ ਸਾਰੀ ਵੀਡੀਓਜ਼ ਦੇਖਣੀਆਂ ਹਨ ਤਾਂ ਮੇਰੇ ਚੈਨਲ ਤੇ ਜਾ ਕੇ ਤੁਸੀਂ ਦੇ ਦੇਖ ਸਕਦੇ ਹੋ ਕਲਾਸਿਸ ਵਿਦ ਕਵਲਜੀਤ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ